ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਐਲਾਨ ਕੀਤਾ ਸੀਗਾ ਕਿ ਆਪਾਂ ਲਾਡੋਵਾਲ ਦਾ ਟੋਲ ਪਲਾਜ਼ਾ ਐਤਵਾਰ ਨੂੰ ਫ੍ਰੀ ਕਰਾਂਗੇ, ਮੈਂ ਆਪਣੀ ਯੂਨੀਅਨ ਦੇ ਸਾਰੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਹਲਕਾ ਪ੍ਰਧਾਨ, ਸਰਕਲ ਪ੍ਰਧਾਨ ਤੱਕ ਇਹ ਕਹਿੰਦਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕੀਤਾ, ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘੱਟੋ ਘੱਟ 50-50 ਬੰਦੇ ਲੈ ਕੇ ਸਾਰੇ ਬੰਦੇ ਕੱਲ੍ਹ 10 ਵਜੇ ਲਾਡੋਵਾਲ ਟੂਲ ਪਲਾਜ਼ਾ 'ਤੇ ਪਹੁੰਚਣਾ। ਅਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਕਿ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪਾਈਆਂ ਨੇ, ਇਹ ਤੋਂ ਪਹਿਲਾਂ ਵੀ ਬੜੀ ਵਾਰ ਵੋਟਾਂ ਪਾਈਆਂ ਨੇ, ਤੁਸੀਂ MP ਵੀ ਬਣਾਉਂਦੇ ਆ, MLA ਵੀ ਬਣਾਉਂਦੇ ਆ, ਕੌਂਸਲਰ ਵੀ ਬਣਾਉਂਦੇ ਆ, ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ? ਤੁਹਾਨੂੰ ਕੀ ਰਾਜੇ ਵੜਿੰਗ ਨੇ ਕਿਹਾ ਆਣ ਕੇ ਵੀ ਤੁਹਾਨੂੰ ਮੈਂ ਤੁਹਾਡਾ ਟੂਲ ਪਲਾਜ਼ਾ ਫ੍ਰੀ ਕਰਾਉਂਦਾ? ਕਦੀ ਤੁਹਾਨੂੰ ਡਾਕਟਰ ਅਮਰ ਸਿੰਘ ਨੇ ਕਿਹਾ ਮੈਂ ਤੁਹਾਡਾ ਟੂਲ ਪਲਾਜ਼ਾ ਫ੍ਰੀ ਕਰਾਉਂਦਾ? ਕਦੀ ਕਿਸੇ ਅਕਾਲੀ ਦਲ ਦੇ ਬੰਦੇ ਨੇ ਕਿਹਾ ਆਪ ਦੇ ਇੰਨੇ MLA ਜਿੱਤੇ ਆ, ਕਦੀ ਤੁਹਾਨੂੰ ਕਿਸੇ ਨੇ ਰਾਹਤ ਦਿੱਤੀ ਆ? ਤੁਸੀਂ ਇੰਨੀਆਂ ਇੰਨੀਆਂ ਉਹਨਾਂ ਦੀ ਖਾਤਰ ਰੈਲੀਆਂ ਕੀਤੀਆਂ, ਇੰਨੇ ਝੰਡੇ ਚੁੱਕੇ, ਹਾਰ ਸਰੋਪੇ ਚਾਹਵਾਂ ਤੁਸੀਂ ਕੀ ਨਹੀਂ ਕੀਤਾ, ਲੱਡੂ ਵੰਡੇ ਤੁਸੀਂ, ਪਰ ਤੁਹਾਨੂੰ ਰਾਹਤ ਦੇਣ ਦੀ ਗੱਲ ਕਿਸੇ ਨੇ ਨਹੀਂ ਕੀਤੀ। ਇਹ ਸਾਰਾ ਕੁਛ ਆਪਣਾ ਤਾਣਾ ਬਾਣਾ ਸਾਨੂੰ ਆਪ ਹੀ ਬੁਣਨਾ ਪੈਣਾ, ਇਹਨਾਂ ਨੂੰ ਚਾਹੇ ਲੱਕ ਜਿਤਾ ਦਿਓ ਤੁਸੀਂ, ਇਹਨਾਂ 'ਤੇ ਆਸ ਨਾ ਕਰੋ ਕੋਈ ਵੀ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣੀਆਂ ਜ਼ਮੀਰਾਂ ਜਗਾਓ, ਆਪਣੇ ਹੱਕਾਂ ਦੀ ਖਾਤਰ ਆਪ ਲੜੋ। ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ ਉਨਾ ਚਿਰ ਸਰਕਾਰਾਂ ਨੇ ਸੁੱਤੀਆਂ ਨੇ ਨਹੀਂ ਜਾਗਣਾ। ਇਸ ਕਰਕੇ ਭਰਾਓ ਬੇਨਤੀ ਆ ਤੁਹਾਨੂੰ ਵੀ ਇਹ ਕੰਮ ਪਬਲਿਕ ਦਾ, ਇਹਦੇ ਲਈ ਅਮੀਰ ਤੋਂ ਲੈ ਕੇ ਗਰੀਬ ਤੱਕ ਸਾਰੇ ਦੁਖੀ ਹੁੰਦੇ ਆ, ਸਾਰਿਆਂ ਨੂੰ ਪੈਸੇ ਪੈਂਦੇ ਆ, ਜਿਹਦੇ 'ਚ ਟੈਕਸੀ ਡਰਾਈਵਰ ਆ, ਟੈਕਸੀਆਂ ਵਾਲੇ ਆ, ਟਰੱਕਾਂ ਵਾਲੇ ਆ, ਟੈਂਪੂ ਵਾਲੇ ਆ, ਟਿੱਪਰਾਂ ਵਾਲੇ ਆ, ਬੱਸਾਂ ਵਾਲੇ ਆ, ਕਿਹੜਾ ਬੰਦਾ ਜਿਹੜਾ ਟੂਲ ਟੈਕਸ ਇੱਥੋਂ ਭਾਰੀ ਟੂਲ ਟੈਕਸ ਦੇ ਕੇ ਨਹੀਂ ਲੰਘਦਾ? ਪਰ ਘੱਟੋ ਘੱਟ ਇਹ ਤਾਂ ਦੇਖੋ ਵੀ ਅਸੀਂ ਤੁਹਾਡੀ ਖਾਤਰ ਲੜ ਰਹੇ ਹਾਂ, ਸਾਡਾ ਸਾਥ ਦਿਓ। ਇੱਥੇ ਲੰਗਰ ਵੀ ਚੱਲਣੇ ਆ, ਇੱਥੇ ਛਬੀਲਾਂ ਵੀ ਲੱਗਣੀਆਂ ਵਾਂ, ਇੱਥੇ ਸਾਰਾ ਕੁਛ ਹੋਣਾ। ਭਰਾਓ ਸਾਰਾ ਸਾਰੇ ਕਾਸ਼ 'ਚ ਹਿੱਸਾ ਪਾਓ ਅਤੇ ਕੱਲ੍ਹ 10 ਵਜੇ ਆਪਣੀ ਤਿਆਰੀ ਨਾਲ ਇੱਥੇ ਪਹੁੰਚੋ, ਤਾਂ ਜੋ ਇਹਨੂੰ ਆਪਾਂ, ਮੇਰੇ ਤਾਂ ਮਨ ਦੀ ਇਹ ਗੱਲ ਆ, ਇਹਨੂੰ ਬੰਦ ਹੀ ਕਰਾ ਦਈਏ। ਇਹ ਜਦੋਂ ਸੜਕਾਂ 'ਤੇ ਟੋਏ ਪਏ ਆ, ਲਾਈਟਾਂ ਇਹਨਾਂ ਦੀਆਂ ਨਹੀਂ ਜਗਦੀਆਂ, ਕੋਈ ਟੋਇਲਟ ਸਿਸਟਮ ਇੱਥੇ ਨਹੀਂ ਹੈਗਾ ਆਏ ਗਏ ਯਾਤਰੀਆਂ ਦੇ ਲਈ, ਕਿਤੇ ਬਾਥਰੂਮ ਲੈਟਰਿੰਗ ਹੈਗੇ ਆ, ਕਿਤੇ ਤੁਹਾਡੇ ਕੋਈ ਸੁਵਿਧਾ ਹੈਗੀ ਆ ਤੁਹਾਡੇ ਲਈ? ਸਿਰਫ ਤੁਹਾਡੀਆਂ ਜੇਬਾਂ ਵੱਢੀ ਜਾਂਦੇ ਆ, 150 ਤੋਂ ਸ਼ੁਰੂ ਹੋਇਆ ਸੀ 430 ਹੋ ਗਿਆ। ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੇਰੀ ਬੇਨਤੀ ਪ੍ਰਵਾਨ ਕਰੋ, ਸਾਡੀਆਂ 2 ਜਥੇਬੰਦੀਆਂ ਨੇ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ, ਦੋਨਾਂ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਵਾ ਤੁਹਾਨੂੰ ਰਾਹਤ ਦਿਵਾਉਣ ਲਈ, ਵੀ ਤੁਹਾਡਾ ਛੁਟਕਾਰਾ ਕਰਵਾਉਣ ਲਈ। ਇਸ ਕਰਕੇ ਸਾਡਾ ਸਾਥ ਦਿਓ।